ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਖਿਡਾਰੀਆਂ ਦਾ ਹਰਮਨ ਪਿਆਰਾ ਦੋਸਤ ਅਤੇ ਗੋਲੀਆਂ ਦਾ ਵੈਰੀ ਪੀਟਰ ਪੱਕ। ਬਰਫ਼ ਤੇ ਖੇਡਣ ਤੋਂ ਇਲਾਵਾ ਹਾਕੀ ਦੀ ਹੋਰ ਵੀ ਕਹਾਣੀ ਹੈ। NHL ਦੇ ਇਤਿਹਾਸ ਵਿੱਚ ਇੱਕ ਮਸ਼ਹੂਰ ਕੋਚ ਰਾਜਰ ਨੀਲਸਨ ਦਾ ਨਾਂ ਆਉਂਦਾ ਹੈ। ਜਦੋਂ ਕਿ ਦੂਜੇ ਕੋਚ ਆਪਣੇ ਖਿਡਾਰੀਆਂ ਦਾ ਅਭਿਆਸ ਕਰਾਉਂਦੇ ਸੀ, ਨੀਲਸਨ TV ਦੇਖਦਾ ਹੁੰਦਾ ਸੀ। ਓਹੋ, ਇਹ ਠੀਕ ਨਹੀਂ ਕਿਹਾ ਗਿਆ ਮੈਥੋਂ। ਨੀਲਸਨ ਵੀਡੀਓ ਦੇਖ ਕੇ ਵਿਰੋਧੀ ਟੀਮਾਂ ਦੀਆਂ ਆਦਤਾਂ ਜਾਣ ਕੇ ਫਿਰ ਆਪਣੇ ਖਿਡਾਰੀਆਂ ਨੂੰ ਸਹੀ ਤਰੀਕਾ ਦੱਸਦਾ ਸੀ ਕਿ ਜਿੱਤਣਾ ਕਿਵੇਂ ਹੈ। ਅੱਜ ਕੱਲ੍ਹ ਸਾਰੇ NHL ਦੇ ਕੋਚ ਉਹ ਤਰੀਕਾ ਵਰਤਦੇ ਹਨ ਜਿਹੜਾ ਕਿ ਕਪਤਾਨ ਵੀਡੀਓ ਰਾਜਰ ਨੀਲਸਨ ਨੇ ਸ਼ੁਰੂ ਕੀਤਾ ਸੀ। ਕਈ ਵਾਰੀ ਕੋਚ ਰੈਫਰੀ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ। 1982 ਦੀ ਪਲੇਆਫ ਗੇਮ ਦੇ ਵਿੱਚ ਨੀਲਸਨ ਨੇ ਇੱਕ ਚਿੱਟੇ ਤੌਲੀਏ ਦੇ ਨਾਲ ਆਪਣੀ ਨਾਰਾਜ਼ਗੀ ਦਿਖਾਈ। ਅੱਜ ਵੀ ਵੈਨਕੂਵਰ ਦੇ ਪ੍ਰੇਮੀਆਂ ਨੂੰ ਇਹ ਗੱਲ ਯਾਦ ਹੈ। ਰਾਜਰ ਹਮੇਸ਼ਾ ਵੱਖਰੇ ਢੰਗ ਦੇ ਨਾਲ ਕੋਚਿੰਗ ਕਰਦਾ ਸੀ। ਇੱਕ ਵਾਰੀ ਜੂਨੀਅਰ ਵਿੱਚ ਉਹਨੇ ਸੁਝਾਅ ਦਿੱਤਾ ਕਿ ਪੈਨਲਟੀ ਸ਼ਾਟ ਤੇ ਡਿਫੈਂਸਮੈਨ ਹੋਵੇ ਗੋਲੀ ਦੀ ਬਜਾਏ। ਜਾਂ ਫਿਰ ਇੱਕ ਗੇਮ ਦੇ ਵਿੱਚ ਰਾਜਰ ਨੇ ਆਪਣਾ ਗੋਲੀ ਕੱਢ ਲਿਆ ਪਰ ਉਹਦੀ ਹਾਕੀ ਨੈੱਟ ਦੇ ਮੂਹਰੇ ਹੀ ਰਹਿਣ ਦਿੱਤੀ। ਓਹੋ, ਰਾਜਰ ਨੀਲਸਨ ਦੇ ਕਰਕੇ ਹਾਕੀ ਦੇ ਆਗੂਆਂ ਨੂੰ ਤੇਜ਼ ਹੀ ਰਹਿਣਾ ਪੈਂਦਾ ਸੀ। ਰਾਜਰ ਨੀਲਸਨ ਟੋਰਾਂਟੋ, ਬਫਲੋ, ਵੈਨਕੂਵਰ, ਲਾਸ ਐਂਜਲਸ, ਨਿਊਯਾਰਕ ਰੇਂਜਰਸ, ਫਲੋਰਿਡਾ, ਫਿਲਡੈਲਫੀਆ ਅਤੇ ਆਟੋਵਾ ਦਾ ਵੀ ਕੋਚ ਰਿਹਾ। ਇੱਕ ਵਾਰੀ ਜਦੋਂ ਟੋਰਾਂਟੋ ਤੋਂ ਕੱਢਿਆ ਗਿਆ, ਪ੍ਰੇਮੀਆਂ ਨੇ ਇੰਨਾ ਜ਼ਿਆਦਾ ਰੌਲਾ ਪਾਇਆ ਕਿ ਰਾਜਰ ਨੂੰ ਵਾਪਸ ਵੀ ਲੈ ਲਿਆ ਸੀ। ਰਾਜਰ ਨੀਲਸਨ 2003 ਦੇ ਵਿੱਚ ਚਲਾਣਾ ਕਰ ਗਏ ਸਨ, ਪਰ ਉਸਨੇ ਹਾਕੀ ਬਾਰੇ ਇੰਨਾ ਸੋਚਿਆ ਕਿ ਅੱਜ ਵੀ ਹਾਕੀ ਵਾਲੇ ਉਹਨੂੰ ਹਮੇਸ਼ਾ ਯਾਦ ਰੱਖਦੇ ਹਨ।